ਸਤਿ ਸ਼੍ਰੀ ਅਕਾਲ ਜੀ, ਮੈਂ ਅੰਮ੍ਰਿਤਾ ਗਰਗ, ਸਪੋਕਸਮੈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ। ਯੂਪੀ ਨੂੰ ਅਪਰਾਧ ਮੁਕਤ ਬਣਾਉਣ ਦੇ ਮਿਸ਼ਨ ਨੂੰ ਕਿਸ ਤਰ੍ਹਾਂ ਯੂਪੀ ਪੁਲਿਸ ਵੱਲੋਂ ਕਮਾਈ ਦਾ ਜ਼ਰੀਆ ਬਣਾ ਲਿਆ ਗਿਆ, ਇੰਡੀਆ ਟੂਡੇ ਦੇ ਇੱਕ ਸਟਿੰਗ ਆਪਰੇਸ਼ਨ ਵਿੱਚ ਸਨਸਨੀਖੇਜ਼ ਖੁਲਾਸੇ ਸਾਹਮਣੇ ਆਏ ਨੇ, ਜਿਸ 'ਚ ਇੰਸਪੈਕਟਰ ਅਤੇ ਸਬ ਇੰਸਪੈਕਟਰ ਪੈਸੇ ਬਦਲੇ ਕਿਸੇ ਦਾ ਵੀ ਐਨਕਾਊਂਟਰ ਕਰਨ ਲਈ ਰਾਜ਼ੀ ਹੁੰਦੇ ਨਜ਼ਰ ਆਏ। ਇੱਥੋਂ ਤੱਕ ਕਿ ਉਹਨਾਂ ਨੇ ਇਹਨਾਂ ਐਨਕਾਊਂਟਰਸ ਦਾ ਰੇਟ ਕਾਰਡ ਤੱਕ ਦੱਸਿਆ। ਅਧਿਕਾਰਿਕ ਆਂਕੜਿਆਂ ਦੀ ਮੰਨੀਏ ਤਾਂ ਮਾਰਚ 2017 ਤੋਂ ਬਣੀ ਯੋਗੀ ਸਰਕਾਰ ਬਣਨ ਤੋਂ ਬਾਅਦ ਹੁਣ ਤੱਕ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਤਕਰੀਬਨ 1500 ਮੁਕਾਬਲਿਆਂ ਦੇ ਵਿੱਚ 400 ਦੇ ਕਰੀਬ ਲੋਕ ਜ਼ਖਮੀ ਹੋਏ ਨੇ, ਜਦੋਂ ਕਿ ਇਹਨਾਂ ਪੁਲਿਸ ਮੁਕਾਬਲਿਆਂ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 63 ਦੱਸੀ ਜਾਂਦੀ ਹੈ। ਹਾਲਾਂਕਿ ਕਈ ਮੌਕਿਆਂ ਉੱਤੇ ਇਹਨਾਂ ਪੁਲਿਸ ਐਨਕਾਊਂਟਰਸ ਨੂੰ ਲੈ ਕੇ ਯੋਗੀ ਸਰਕਾਰ 'ਤੇ ਸਵਾਲ ਵੀ ਉਠਾਏ ਗਏ, ਪਰ ਯੋਗੀ ਜੀ ਦਾ ਕਹਿਣਾ ਸੀ ਕਿ ਹੋਰ ਇਹਨਾਂ ਮੁਲਜ਼ਮਾਂ ਦੇ ਹਾਰ ਪਾਏ ਜਾਣ, ਮੁਲਜ਼ਮਾਂ ਦੇ ਹਾਰ ਪੈਣ ਨਾ ਪੈਣ। ਪਰ ਇੰਡੀਆ ਟੂਡੇ ਦੀ ਇਸ ਸਨਸਨੀਖੇਜ਼ ਖੁਲਾਸੇ ਤੋਂ ਬਾਅਦ ਸਰਕਾਰ ਨੂੰ ਹੱਥਾਂ ਪੈਰਾਂ ਦੀ ਜ਼ਰੂਰਤ ਪੈ ਗਈ ਹੈ। ਇੰਡੀਆ ਟੂਡੇ ਦੇ ਸਟਿੰਗ ਆਪਰੇਸ਼ਨ 'ਚ ਯੂਪੀ ਪੁਲਿਸ ਦੇ ਸਬ ਇੰਸਪੈਕਟਰ ਪੈਸੇ ਲੈ ਕੇ ਕਿਸੇ ਦਾ ਵੀ ਐਨਕਾਊਂਟਰ ਕਰਨ ਲਈ ਬਿਨਾਂ ਹਿਚਕਿਚਾਏ ਤਿਆਰ ਨਜ਼ਰ ਆ ਰਹੇ ਹਨ। ਹੋਰ ਤੇ ਹੋਰ ਇਹਨਾਂ ਪੁਲਿਸ ਵਾਲਿਆਂ ਨੇ ਤਾਂ ਕਿਸੇ ਦਾ ਵੀ ਐਨਕਾਊਂਟਰ ਕਰਨ ਲਈ ਆਪਣੀ ਫੁੱਲ ਪਰੂਫ ਪਲੈਨਿੰਗ ਦਾ ਵੀ ਖੁਲਾਸਾ ਕਰ ਦਿੱਤਾ। ਮੰਨੋ ਇਹ ਪੁਲਿਸ ਵਾਲੇ ਨਾ ਹੋ ਕੇ ਕੋਈ ਸੀਰੀਅਲ ਕਿਲਰ ਹੋਣ। ਸਟਿੰਗ ਆਪਰੇਸ਼ਨ ਦੇ ਸਾਹਮਣੇ ਆਉਣ ਤੋਂ ਬਾਅਦ ਯੂਪੀ ਪੁਲਿਸ ਤੋਂ ਲੈ ਕੇ ਸਰਕਾਰ ਤੱਕ ਹੜਕੰਪ ਮੱਚ ਗਿਆ। ਇੱਥੋਂ ਤੱਕ ਕਿ ਤੁਰੰਤ ਪ੍ਰਭਾਵ ਨਾਲ DGP ਦੇ ਨਿਰਦੇਸ਼ ਉੱਤੇ 3 ਆਰੋਪੀ ਪੁਲਿਸ ਕਰਮੀਆਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ। ਇੰਡੀਆ ਟੂਡੇ ਦੇ ਸਟਿੰਗ ਆਪਰੇਸ਼ਨ ਵਿੱਚ ਸਾਹਮਣੇ ਆਇਆ ਹੈ ਕਿ ਯੂਪੀ ਪੁਲਿਸ ਦੇ ਕੁਝ ਅਫਸਰ ਝੂਠੇ ਮਾਮਲਿਆਂ ਵਿੱਚ ਨਿਰਦੋਸ਼ ਲੋਕਾਂ ਨੂੰ ਫਸਾ ਰਹੇ ਨੇ। ਇੰਨਾ ਹੀ ਨਹੀਂ, ਮੋਟੀ ਰਕਮ ਮਿਲਣ 'ਤੇ ਉਹਨਾਂ ਨੂੰ ਫੇਕ ਐਨਕਾਊਂਟਰ ਵਿੱਚ ਸ਼ੂਟ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਵਰਦੀ ਪਹਿਨ ਕੇ ਇੱਕ ਕਾਤਲ। ਇੰਡੀਆ ਟੂਡੇ ਦੇ ਖੁਫੀਆ ਕੈਮਰੇ ਉੱਤੇ ਆਗਰੇ ਦੇ ਚਿਤਰਾਹਾਟ ਥਾਣੇ ਦੇ ਇੱਕ ਸਬ ਇੰਸਪੈਕਟਰ, ਗੌਰ ਕਰਨ ਵਾਲੀ ਹੈ, ਇੱਕ ਸਬ ਇੰਸਪੈਕਟਰ ਜੋ ਜਾਨ ਦਾ ਰਖਵਾਲਾ ਮੰਨਿਆ ਜਾਂਦਾ ਹੈ, ਉਸਨੇ ਨਿਰਦੋਸ਼ ਨਾਗਰਿਕ ਨੂੰ ਮਾਰਨ ਦੀ ਕੀਮਤ 8 ਲੱਖ ਰੁਪਏ ਦੱਸੀ। ਚੈਨਲ ਦੀ ਟੀਮ ਨੇ ਸਟਿੰਗ ਦੇ ਤਹਿਤ ਆਪਣੇ ਆਪ ਨੂੰ ਕਾਰੋਬਾਰੀ ਦੱਸਦੇ ਹੋਏ ਆਪਣੇ ਇੱਕ ਕਾਲਪਨਿਕ ਵਿਰੋਧੀ ਕਾਰੋਬਾਰੀ ਦੇ ਫਰਜ਼ੀ ਮਾਮਲੇ ਵਿੱਚ ਉਸਨੂੰ ਫਸਾਉਣ ਦੀ ਇੰਸਪੈਕਟਰ ਨਾਲ ਗੱਲਬਾਤ ਕੀਤੀ ਅਤੇ ਇਸ ਉੱਤੇ ਸਬ ਇੰਸਪੈਕਟਰ ਨੇ ਨਿਰਦੋਸ਼ ਨਾਗਰਿਕ ਨੂੰ ਫਸਾਉਣ ਲਈ ਪੂਰਾ ਪਲੈਨ ਆਪਣੇ ਆਪ ਹੀ ਦੱਸ ਦਿੱਤਾ। ਸਬ ਇੰਸਪੈਕਟਰ ਨੇ ਆਪਣਾ ਪਲੈਨ ਦੱਸਦੇ ਹੋਏ ਕਿਹਾ ਕਿ ਉਸਦੇ ਖਿਲਾਫ਼ ਬੈਂਕ ਚੋਰੀ ਦੇ ਨਕਲੀ ਸਬੂਤ ਇਕੱਠੇ ਕਰਾਂਗੇ, ਫਿਰ ਉਸਨੂੰ ਅਣਪਛਾਤੇ ਮੁਲਜ਼ਮਾਂ 'ਚ ਨਾਮਜ਼ਦ ਕਰਾਂਗੇ, ਫਿਰ ਐਨਕਾਊਂਟਰ ਹੋਏਗਾ ਜਿਸ ਵਿੱਚ ਉਸਦੀ ਜਾਨ ਜਾ ਵੀ ਸਕਦੀ ਹੈ ਅਤੇ ਉਹ ਜ਼ਖਮੀ ਵੀ ਹੋ ਸਕਦਾ ਹੈ। ਉੱਥੇ ਹੀ SI ਸਰਵੇਸ਼ ਕੁਮਾਰ ਨੇ ਦਾਅਵਾ ਕੀਤਾ ਕਿ ਉਹ ਆਪਣੇ ਹੇਠਾਂ ਆਏ 3 ਥਾਣਿਆਂ ਦੀ ਜ਼ਿੰਮੇਵਾਰੀ ਲੈ ਸਕਦਾ ਹੈ ਅਤੇ ਉੱਥੇ ਉਹ ਸੈੱਟ ਵੀ ਕਰ ਸਕਦਾ ਹੈ। ਆਗਰਾ ਜ਼ਿਲ੍ਹੇ ਦੇ ਕੋਲ ਹੀ ਬਸਈ ਜਗਨੇਰ ਪੁਲਿਸ ਸਟੇਸ਼ਨ ਦੇ SO ਜਗਦੱਬਾ ਸਿੰਘ ਨੇ ਵੀ ਸਟਿੰਗ ਦੌਰਾਨ ਸੂਬੇ ਵਿੱਚ ਫੇਕ ਐਨਕਾਊਂਟਰਸ ਕੀਤੇ ਜਾਣ ਦੀ ਗੱਲ ਮੰਨੀ। ਕੈਮਰੇ 'ਤੇ ਜਗਦੱਬਾ ਸਿੰਘ ਨੇ ਕਿਹਾ ਕਿ ਪ੍ਰਮੋਸ਼ਨ ਦੇ ਲਾਲਚ 'ਚ ਸੂਬੇ 'ਚ ਪੁਲਿਸ ਅਧਿਕਾਰੀਆਂ ਤੋਂ ਫੇਕ ਐਨਕਾਊਂਟਰ ਤੱਕ ਕਰਵਾ ਦਿੰਦਾ ਹੈ। ਬਸਈ ਜਗਨੇਰ ਪੁਲਿਸ ਸਟੇਸ਼ਨ 'ਤੇ ਤੈਨਾਤ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਸ਼ੁਰੂਆਤ ਵਿੱਚ ਤਾਂ ਆਗਰਾ ਸਿਟੀ ਵਿੱਚ ਟ੍ਰਾਂਸਫਰ ਲਈ ਬੇਤਾਬੀ ਵਿਖਾਈ ਅਤੇ ਬਾਅਦ ਵਿੱਚ ਉਹ ਵੀ ਫੇਕ ਐਨਕਾਊਂਟਰ ਲਈ ਪੂਰੀ ਤਰ੍ਹਾਂ ਤਿਆਰ ਦਿਖੇ। ਬਲਬੀਰ ਸਿੰਘ ਨੇ ਸਿਟੀ ਵਿੱਚ ਪੋਸਟਿੰਗ ਹੋਣ ਦੀ ਹਾਲਤ ਵਿੱਚ ਫੇਕ ਐਨਕਾਊਂਟਰ ਤੱਕ ਕਰਨ ਲਈ ਆਪਣੇ ਆਪ ਨੂੰ ਤਿਆਰ ਦੱਸਿਆ। ਬਲਬੀਰ ਸਿੰਘ ਨੇ ਕਿਹਾ ਕਿ ਮੈਂ ਸ਼ਹਿਰ ਵਿੱਚ ਆ ਜਾਵਾਂਗਾ ਤਾਂ ਫਿਰ ਵੇਖਦਾ ਹਾਂ ਐਨਕਾਊਂਟਰ। ਸਟਿੰਗ ਆਪਰੇਸ਼ਨ ਸਾਹਮਣੇ ਆਉਣ ਤੋਂ ਬਾਅਦ DGP ਓਮ ਪ੍ਰਕਾਸ਼ ਦੇ ਨਿਰਦੇਸ਼ ਉੱਤੇ 3 ਆਰੋਪੀ ਪੁਲਿਸ ਕਰਮੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ, ਨਾਲ ਹੀ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਵੀ ਦੇ ਦਿੱਤੇ ਗਏ ਨੇ। ਦੱਸ ਦਈਏ ਕਿ ਆਗਰੇ ਦੇ SSP ਅਮਿਤ ਪਾਠਕ ਨੇ ਨਿਰਦੋਸ਼ ਨਾਗਰਿਕਾਂ ਦੇ ਨਾਲ ਫੇਕ ਐਨਕਾਊਂਟਰਸ ਲਈ ਤਿਆਰ ਹੋਣ ਦੀ ਗੱਲ ਕਹਿਣ ਵਾਲੇ 3 ਪੁਲਿਸ ਕਰਮੀਆਂ ਨੂੰ ਤਤਕਾਲ ਪ੍ਰਭਾਵ ਤੋਂ ਸਸਪੈਂਡ ਕਰ ਦਿੱਤਾ ਹੈ। ਸੋਚਣ ਦੀ ਲੋੜ ਹੈ ਕਿ ਇਹ ਸਿਰਫ ਕੁਝ ਚਿਹਰੇ ਸਨ ਜਿਨ੍ਹਾਂ ਤੱਕ ਕੈਮਰਾ ਪਹੁੰਚ ਸਕਿਆ, ਪਰ ਪਤਾ ਨਹੀਂ ਅਜਿਹੇ ਹੋਰ ਕਿੰਨੇ ਬਲਬੀਰ ਸਿੰਘ, ਜਗਦੰਬਾ ਸਿੰਘ ਅਤੇ ਸਰਵੇਸ਼ ਕੁਮਾਰ ਹਾਲੇ UP ਦੀਆਂ ਕਿਹੜੀਆਂ ਕਿਹੜੀਆਂ ਗਲੀਆਂ 'ਚ ਲੁਕੇ ਹੋਣ। ਅਤੇ ਸਿਰਫ UP ਹੀ ਨਹੀਂ, ਜੇ ਗੱਲ ਕਰੀਏ ਪੰਜਾਬ ਦੀ ਤਾਂ ਜਦੋਂ ਪੰਜਾਬ ਦੇ ਕਾਲੇ ਦਿਨ ਸੀ ਤਾਂ ਉਦੋਂ ਵੀ ਅਜਿਹੇ ਕਈ ਫਰਜ਼ੀ ਐਨਕਾਊਂਟਰਸ ਕੀਤੇ ਗਏ ਜੋ ਕਿ ਸਿੱਧੇ ਤੌਰ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਅਤੇ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਮੁਤਾਬਕ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਭ ਤੋਂ ਜ਼ਿਆਦਾ ਇਹਨਾਂ ਫਰਜ਼ੀ ਪੁਲਿਸ ਮੁਕਾਬਲਿਆਂ ਨਾਲ ਹੀ ਹੋਈ ਹੈ। ਅਤੇ ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਿੰਦੁਸਤਾਨ ਦੀ ਜਨਤਾ ਵਰਦੀ ਵਾਲੇ ਇਹਨਾਂ ਮੁਲਜ਼ਮਾਂ ਨੂੰ ਬੜੀ ਜਲਦੀ ਮਾਫ਼ ਕਰ ਉਹਨਾਂ ਨੂੰ ਆਪਣੇ ਸਮਾਜ 'ਚ ਹੀ ਰਚਾ ਲੈਂਦੀ ਹੈ, ਜਿਸ ਨਾਲ ਨਾ ਤਾਂ ਇਹਨਾਂ ਨੂੰ ਆਪਣੇ ਜੁਰਮ ਦਾ ਅਹਿਸਾਸ ਹੁੰਦਾ ਹੈ, ਸਗੋਂ ਇਹ ਅਫਸਰਸ਼ਾਹੀ ਦੇ ਬੁੱਲੇ ਲੁੱਟਦੇ ਨੇ। ਅਜਿਹੇ 'ਚ ਜੇ ਸਰਕਾਰ ਇਹਨਾਂ ਖਿਲਾਫ਼ ਕੁਝ ਨਹੀਂ ਕਰ ਰਹੀ ਤਾਂ ਲੋੜ ਹੈ ਜਨਤਾ ਨੂੰ ਜਾਗਰੂਕ ਹੋਣ ਦੀ।
ਤੇ ਵਰਦੀ ਪਾ ਕੇ ਗੁੰਡਾਗਰਦੀ ਕਰ ਰਹੇ ਇਹਨਾਂ ਪੁਲਿਸ ਵਾਲੀਆਂ ਦਾ ਬਾਈਕਾਟ ਕਰਨ ਦੀ ਤਾਂ ਜੋ ਜਨਤਾ ਆਪਣੇ ਆਪ ਨੂੰ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਤੋਂ ਬਚਾ ਸਕੇ।